ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ 'ਤੇ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਬਹੁਤ ਹੀ ਕਮਾਲ ਦੇ ਗੀਤਕਾਰ ਜੋ ਕਿ ਦਵਿੰਦਰ ਖਮਾਣੋ ਦੇ ਨਾਮ ਨਾਲ ਜਾਣੇ ਜਾਂਦੇ ਆ ਆਓ ਉਹਨਾਂ ਨਾਲ ਤੁਹਾਨੂੰ ਰੂਪਰੂ ਕਰਵਾਈਏ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਦਵਿੰਦਰ ਜੀ ਤੁਸੀਂ ਇਸ ਚੈਨਲ ਤੇ ਸਾਨੂੰ ਟਾਈਮ ਦਿੱਤਾ ਤੇ ਆਪਣੇ ਬਾਰੇ ਦੱਸੋ ਕਿ ਕਿਵੇਂ ਤੁਸੀਂ ਆਪਣੇ ਗੀਤਾਂ ਦੀ ਸ਼ੁਰੂਆਤ ਕੀਤੀ ਸ਼ੁਕਰੀਆ ਜਾਫੀ ਜੀ ਤੁਸੀਂ ਇੱਕ ਨਮਾਣੇ ਦੇ ਛੋਟੇ ਜਿਹੇ ਗੀਤਕਾਰ ਨੂੰ ਆਪਣੇ ਚੈਨਲ ਤੇ ਟਾਈਮ ਦਿੱਤਾ ਇੰਟਰਵਿਊ ਕਰਨ ਦਾ ਸ਼ੁਕਰੀਆ ਜੀ ਮੈਂ ਦਵਿੰਦਰ ਖਮਾਣੋ ਉਰਫ ਪੰਦਰ ਖਮਾਣੋ ਪਿਤਾ ਚਰਨ ਸਿੰਘ ਜੀ ਜਨਮ ਡੇਟ 1965 ਮੇਰਾ ਵਿਆਹ 1984 ਨੂੰ ਕਮਲਜੀਤ ਕੌਰ ਨਾਲ ਹੋਇਆ ਤੇ ਅੱਗੇ ਮੇਰੇ ਬੱਚੇ ਨੇ ਜੀ ਤਿੰਨ ਦੋ ਲੜਕੇ ਇੱਕ ਲੜਕੀ ਜੋ ਸਾਦੀ ਸੋਦਾ ਨੇ ਆਪਣੇ ਦੋਤੇ ਪੁੱਤਾਂ ਬੜਾ ਜੀ ਦੋਤੇ ਵੀ ਨੇ ਜੀ ਪੁੱਤੇ ਵੀ ਨੇ ਤੇ ਠੀਕ ਆ ਜੀ ਇਹ ਪਰਿਵਾਰ ਕ ਆਪਣੇ ਜਿੰਦਗੀ ਹੈ ਜੀ ਤੁਸੀਂ ਆਪਣੇ ਗੀਤਾਂ ਦੀ ਸ਼ੁਰੂਆਤ ਕਦੋਂ ਤੋਂ ਕੀਤੀ ਤੁਹਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਦੌਰ ਦਾ ਆਪਣਾ ਸਫ਼ਰ ਸਾਂਝਾ ਕਰੋ ਮੈਂ ਗੀਤਾਂ ਜੀ ਬਚਪਨ ਤੋਂ ਹੀ ਲਿਖਦਾ ਆ ਰਿਹਾ ਜੀ ਤੇ ਅ ਮੇਰੇ ਲਿਖੇ ਗੀਤ RAM LILA ਤੇ ਆਮ ਡਰਾਮਿਆਂ ਚ ਸਕੂਲਾਂ ਚ ਕੁੜੀਆਂ ਮੁੰਡੇ ਗਾਉਂਦੇ ਰਹੇ ਨੇ ਜੀ ਤੇ ਉਸ ਟਾਈਮ ਕੋਈ ਰਿਕਾਰਡ ਨਹੀਂ ਹੋਇਆ ਸੀ ਗੀਤ ਤੇ ਸਟੇਜਾਂ ਤੇ ਆਮ ਮੁੰਡੇ ਗਾਉਂਦੇ ਰਹੇ ਨੇ ਮੇਰੇ ਲਿਖੇ ਗੀਤ ਜੀ ਇੱਕ ਕਦੋਂ ਦੀ ਤੌਰ ਦੀ ਗੱਲ ਕਰ ਰਿਹਾ ਹਾਂ ਤੁਸੀਂ 85 86 ਨਬਤਕ ਜੀ ਤੇ ਉਦੋਂ ਬਾਅਦ ਫਿਰ ਮੈਂ ਮਤਲਬ 90 ਦੇ ਵਿੱਚ ਮੇਰੇ ਰਾਂਜੀ ਦਾ ਪ੍ਰਿੰਸੀਪਲ ਜੀ ਕਰਤਿਓ ਨਾ ਕਾਲਜ ਚੋਂ ਨਾ ਰਣਜੀਤ ਮਣੀ ਦਾ ਸੌਂਗ ਸੀ ਉਹਦੇ ਤੋਂ ਪ੍ਰਭਾਵਿਤ ਹੋ ਕੇ ਫਿਰ ਮੈਂ ਆਪਣੀ ਕਲਮ ਨੂੰ ਉਧਰ ਮੋੜਿਆ ਜੀ ਦਵਿੰਦਰ ਖਮਾਣਾ ਮਤਲਬ ਨੇ ਅ ਦਿਲ ਦੇ ਗਾਹਕ ਜੀ ਸੌਂਗ ਰਚਿਆ ਜੀ ਤੋ ਤੁਹਾਡਾ ਪਹਿਲਾ ਸੌਂਗ ਸੀ ਹਾਂ ਜੀ ਇਹ ਮੇਰਾ ਪਹਿਲਾ ਸੌਂਗ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਸ਼ੁਰੂਆਤ ਕੀਤੀ ਜੀ ਗੀਤ ਲਿਖਣ ਦੀ ਆਂ ਗਾਹ ਤੋਂ ਕਹਾ ਅੱਗੇ ਤੋਂ ਅੱਗੇ ਵਧਦੇ ਗਏ ਜੀ ਫਿਰ ਇਹ ਗੀਤ ਫਿਰਕਾਰਡ ਹੋਇਆ ਜੀ ਦੁਰਗਾ ਰੰਗੀਲਾ ਜੀ ਨੇ ਪੇਸ਼ ਕੀਤੀ ਸੀ ਕਾਟ ਸਾਡੀ ਪਰੇਜ ਖਾਂਜੀ ਨੇ ਗਾਇਆ ਸੀਗਾ ਜੀ ਇਹ ਕਾਟ ਦੇ ਵਿੱਚ ਪੱਟੀ ਪੜੀ ਵਾਲੇ ਦਾ ਵੀ ਤੇ ਹੋਰ ਕਈ ਨਾਮੀ ਗੀਤਕਾਰਾਂ ਦੇ ਗੀਤ ਸੀਗੇ ਜੀ ਕਾਫੀ ਚੱਲ ਗਿਆ ਜੀ ਤੁਹਾਡੀ ਉਸ ਟਾਈਮ ਏਜ ਕਿੰਨੀ ਸੀ ਉਮਰ ਕਿੰਨੀ ਸੀ ਮੇਰੀ ਉਸ ਟਾਈਮ ਉਮਰ ਜੀ 32 ਸਾਲ ਦੇ ਗੇੜ ਚ ਜੀ ਹੈਗੀ ਸੀ ਜੀ ਉਸ ਤੋਂ ਪਹਿਲਾਂ ਤੁਸੀਂ ਗੀਤ ਲਿਖਣ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਤੁਹਾਡੀ ਪੜਾਈ ਬਾਰੇ ਤੁਹਾਡੇ ਕਿੱਤੇ ਬਾਰੇ ਪੜਾਈ ਆਪਾਂ ਜੀ ਅੰਡਰ ਮੈਟ੍ਰਿਕ ਤੱਕ ਉਦੋਂ ਅੱਗੇ ਜ਼ਾਂ ਫਰ ਜਾ ਨਹੀਂ ਹੋਇਆ ਜੀ ਪੜਾਈ ਨੂੰ ਇਨਾ ਦਿਮਾਗ ਨਹੀਂ ਚੱਲਿਆ ਬਾਕੀ ਅ ਪ੍ਰਾਈਵੇਟ ਕੰਮ ਜਿਵੇਂ ਉਹ ਮਤਲਬ ਕੱਪੜੀ ਰੇੜੀ ਵੀ ਲਾਈ ਆ ਜੀ ਜੀ ਵਿਆਹ ਤੋਂ ਬਾਅਦ ਤੇ ਮੰਡੀ ਗੋਵਿੰਦਗੜ੍ਹ ਵੀ ਕਟਰ ਦਾ ਕੰਮ ਵੀ ਕੀਤਾ ਜੀ ਗੈਸ ਕਟਰ ਦਾ ਜੀ ਤੇ ਉਸ ਤੋਂ ਮਤਲਬ ਬਾਅਦ ਮੈਂ 88 ਦੇ ਵਿੱਚ ਅ ਬੋਰਸ ਮੈਂ ਇਕ ਮੈਂ ਨਾਲ ਅਟੈਚ ਹੋਮ ਗਾਰਡ ਦੇ ਵਿੱਚ ਭਰਤੀ ਹੋਇਆ ਜੀ ਜੀ ਤੇ ਜਿਹਦੇ ਵਿੱਚ ਮੈਂ 25 ਸਾਲ ਨੌਕਰੀ ਕੀਤੀ ਤੇ 25 ਸਾਲ ਆਪਣੀ ਵਧੀਆ ਲੰਘਦਾ ਰਿਹਾ ਲੰਘਾ ਕਿਸੇ ਮਤਲਬ ਕਿਸੇ ਚੰਗੇ ਸੰਕਰ ਦੇ ਕੋਲ ਜਾਣ ਦਾ ਮੌਕਾ ਨਹੀਂ ਮਿਲਿਆ ਹਿੰਮਤੇ ਨਹੀਂ ਕੀਤੀ ਜਾਣ ਦੀ ਕੋ ਸਾਡੀਆਂ ਡਿਊਟੀਆਂ ਇੰਨੀ ਕਸਮੀਆਂ ਤੀਆਂ ਦਿਨ ਰਾਤ ਸਾਡਾ ਥਾਣਾ ਦੇ ਵਿੱਚ ਇੱਕ ਸੀ ਉਹ ਟਾਈਮ ਦੌਰ ਮਾੜਾ ਸੀਗਾ ਤੇ ਕਿਸੇ ਕੋਲ ਜਾਣ ਦੀ ਮਤਲਬ ਟਾਈਮ ਹੀ ਨਹੀਂ ਲੱਗਿਆ ਬਾਕੀ ਜੀ ਮਤਲਬ ਮਤਲਬ ਉਸ ਤੋਂ ਬਾਅਦ ਜੀ ਜਿਦੋਂ ਸਾਡੀ ਕੋਈ ਇੰਨੀ ਮਤਲਬ ਕੋਈ ਤਰੱਕੀ ਨਹੀਂ ਹੋਈ ਮੈਕਮੇ ਦੇ ਵਿੱਚ ਫਿਰ ਅਸੀਂ ਮੈਕਮਾ ਛੱਡ ਕੇ ਆਪਣਾ ਹੁਣ ਪ੍ਰਾਈਵੇਟ ਆਪਣਾ ਕੰਮ ਜੋਸਫ ਰੂਟ ਦਾ ਕੰਮ ਖਮਾਨੋ ਬਾਬੇ ਬਰੂਤੀ ਵਾਲੇ ਕੋਲ ਅਸੀਂ ਕਰ ਰਹੇ ਹਾਂ ਜੀ ਬੜਾ ਸੋਹਣਾ ਕੰਮ ਚੱਲ ਰਿਹਾ ਹੈ ਜੀ ਜੀ ਦੇਖੇ ਕਰਾਂ ਕੋਈ ਫੇਕਰ ਨਹੀਂ ਅਸਲ ਇਹ ਕਾਰ ਆਪਣਾ ਵਧੀਆ ਚੱਲ ਰਿਹਾ ਹੈ ਬਚਪਨ ਤੋਂ ਜਦੋਂ ਤੁਹਾਨੂੰ ਸ਼ੌਂਕ ਸੀਗਾ ਮੈਟ੍ਰਿਕ ਤੁਸੀਂ ਦੱਸਿਆ ਵੀ ਕੀਤੀ ਆ ਤੇ ਸਕੂਲ ਚ ਵੀ ਕੋਈ ਤੁਹਾਨੂੰ ਮੌਕਾ ਮਿਲਿਆ ਸਟੇਜ ਤੇ ਪਰਫਾਰਮ ਕਰਨ ਦਾ ਹਾਂਜੀ ਹਾਂਜੀ ਮੈਂ ਜੰਤਾ ਹਾਂ ਸਕੂਲ ਸੰਘੋੜ ਪੜਿਆ ਜੀ ਪੀਟੀ ਮਾਸਟਰ ਸਾਡੇ ਭਿੰਦਰ ਸਿੰਘ ਹੁੰਦੇ ਸੀਗੇ ਹਰੇਕ ਸ਼ਨੀਵਾਰ ਨੂੰ ਬਾਦਸਵਾ ਲੱਗਦੀ ਸੀ ਜੀ ਉਹ ਬਾਦਸਵਾ ਦੇ ਵਿੱਚ ਉਹਨਾਂ ਨੇ ਮੈਨੂੰ ਮੈਂ ਪਿੱਛੇ ਬੈਠਦਾ ਤਾਂ ਮਤਲਬ ਇਨ ਹੁਸ਼ਿਆਰ ਨਹੀਂ ਤਾਂ ਦਰਦਾ ਪਿੱਛੇ ਬੈਠਦਾ ਸੀਗਾ ਤੇ ਮੈਨੂੰ ਉਹਨਾਂ ਨੇ ਹਾਕ ਮਾਰਨੀ ਦਵਿੰਦਰ ਉੱਠੋ ਬਈ ਜੀ ਸੁਣਾਉ ਕੋਈ ਗੀਤ ਮੈਂ ਸੁਣਾਉਦਾ ਹੁੰਦਾ ਸੀ ਗੀਤ ਗਾਉਂਦਾ ਹੁੰਦਾ ਸੀ ਸ਼ੌਂਕ ਸੀ ਜੀ ਉਸ ਸਮੇਂ ਮਤਲਬ ਕਲਦੀਪ ਮਾਨਕ ਦੀਆਂ ਕਲੀਆਂ ਮੈਂ ਮੈਂ ਵੀ ਗਾਉਂਦਾ ਰਹੇ ਹਾਂ ਡਰਾਮਿਆਂ ਤੇ ਜਿਵੇਂ ਸਾਡੇ ਰਵਿਦਾਸ ਦਾ ਡਰਾਮਾ ਖਮਾਣਾ ਹੋਣਾ ਕਿਤੇ ਹੋਣਾ ਮੈਂ ਆਪਣੇ ਗਾਉਣੀਆਂ ਕਲਦੀਪ ਮਾਨਕ ਦੀਆਂ ਕਲੀਆਂ, ਸੁਰਿੰਦਰ ਸ਼ੇਂਦੇ ਦੀਆਂ ਕਲੀਆਂ ਤੇ ਫਿਰ ਮੈਂ ਜਦੋਂ ਮਾਸਟਰ ਜੀ ਨੇ ਸਾਨੂੰ ਕਹਿਣਾ ਵੀ ਉੱਠ ਦਵਿੰਦਰ ਤਾਂ ਮੈਂ ਫਿਰ ਕਲਦੀਪ ਮਾਨਕ ਦੀ ਕਲੀ ਕਹਿੰਦੇ ਗੋਰੀਆਂ ਮਕਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਇਹ ਕਲੀਮਾ ਹਰ ਸ਼ਨੀਵਾਰ ਨੂੰ ਲਾਉਂਦਾ ਹੁੰਦਾ ਸੀ ਕੀ ਬਾਤ ਹਾਂ ਤੁਹਾਡੀ ਜੋ ਗੀਤਕਾਰੀ ਆ ਤੁਹਾਡੀ ਲਿਖਣ ਉਹਦੇ ਵਿੱਚੋਂ ਦੋ ਸ਼ਬਦ ਕੁਝ ਕਹਿਣਾ ਚਾਹੋ ਜੋ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਆ ਸਦਾ ਮਤਲਬ ਇੱਕ ਤਾਂ ਪਹਿਲਾ ਦਿਲ ਦੇ ਗਾਹਕ ਜੋ ਕਸ਼ਟ ਆਇਆ ਉਹ ਵੀ ਮਤਲਬ ਯਾਦ ਆ ਗਈ ਇੱਕ ਹੁੰਦਾ ਨਾ ਵੀ ਲੇਖਕ ਬਣਦਾ ਕੁਝ ਦਿਲ ਟੁੱਟੇ ਦਾ ਬਣਦਾ ਹੈਨਾ ਦਿਲ ਟੁੱਟੇ ਕਰਕੇ ਕੁਝ ਨਾ ਕੁਝ ਲਿਖਦਾ ਏ ਕੋਈ ਕੋਈ ਨਾ ਕੋਈ ਹਾਲਾਤ ਕਰਕੇ ਹੈਨਾ ਉਹਦੇ ਦਿਮਾਗ 'ਚ ਹੁੰਦਾ ਏ ਵੀ ਮੈਂ ਹਾਂ ਆ ਲਿਖਣਾ ਏ ਤੁਸੀਂ ਕਿਹੜੀ ਗੱਲ ਤੋਂ ਪ੍ਰਭਾਵਿਤ ਹੋਏ ਵੀ ਮੈਂ ਆ ਚੀਜ਼ ਲਿਖਣੀ ਆ ਜੋ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਆ ਮੈਂ ਸ਼ੌਂਕ ਹੀ ਨਾ ਸੀਗਾ ਜੀ ਛੌਂਕ ਨੀਮ ਅੱਗੇ ਵਧਣ ਦਾ ਮਤਲਬ ਟਾਈਮ ਮਿਲਿਆ ਜੀ ਆਪਾਂ ਨੂੰ ਛੌਂਕ ਇਨਾਂ ਦਾ ਜੀ ਮਤਲਬ ਸੁਣ ਸੁਣ ਕੇ ਇੱਕ ਸੰਘੋੜਦਾ ਇਹ ਮੇਰਾ ਇੱਕ ਦੋਸਤ ਸੀਗਾ ਜੀ ਜੈਲੀ ਜੀ ਤੇ ਜਾਂ ਦਵੰਦਰ ਸਿੰਘ ਅਸੀਂ ਇਕੱਠੇ ਇੱਕ ਕਲਾਸ ਚ ਪੜ੍ਹਦੇ ਤੇ ਅਸੀਂ ਮਤਲਬ ਇੱਕ ਗਾਣਾ ਉਕਰਿਆ ਚੜ ਖੇੜਿਆਂ ਡੋਲੀ ਛੱਡ ਚਾਕ ਨੂੰ ਤੇ ਚੱਲੀ ਉਹ ਫਿਰ ਅਸੀਂ ਕੁਲਦੀਪ ਪਰਸ ਨੂੰ ਦਿੱਤਾ ਜੀ ਗਦੀਪਾਸ ਨੇ ਜੀ ਮਤਲਬ ਤੋਰ ਮੋੜ ਕੇ ਉਹ ਅੱਜ ਦੇ ਉਸ ਸਮੇਂ ਦੇ ਮਤਲਬ ਅਦਾਸ ਤੇ ਚੱਲ ਪਿਆ ਡੋਲੀ ਚੜ ਕੇ ਮਸ਼ੂਕ ਸਾਡੀ ਸਵਰਨ ਚੱਲੀ ਬਣਾ ਲਿਆ ਉਹਨੇ ਉਹਦਾ ਮਤਲਬ ਬਹੁਤ ਉੱਖ ਹੋਇਆ ਜੀ ਸੌਂਗ ਦਾ ਵੀ ਸਾਡਾ ਗੀਤ ਤੋਰ ਮੋੜ ਕੇ ਨਾਂ ਵੀ ਕਿਸੇ ਹੋਰ ਦਾ ਉਹਦੇ ਚ ਭਰਿਆ ਗਿਆ ਜੀ ਪਰ ਸਾਨੂੰ ਤਾਂ ਪਤਾ ਲੱਗਿਆ ਨਾ ਕਿ ਸਾਡਾ ਸੌਂਗ ਅਸੀਂ ਦਿੱਤਾ ਸੀਗਾ ਸਹੀ ਸਹੀ ਗਦੀਪਾਸ ਨੂੰ ਦਿੱਤਾ ਸੀਗਾ ਅਸੀਂ ਸਾਨੂੰ ਇੰਨਾ ਤਾਂ ਪਤਾ ਵੀ ਅਸੀਂ ਇਹ ਚੀਜ਼ ਉਹਨੂੰ ਦਿੱਤੀ ਹੋਈ ਆ ਉਹ ਸਾਡੇ ਨਾਲ ਪਹਿਲਾ ਮਤਲਬ ਹੂੰ ਤੋਖਾ ਤੋਖਾ ਠੀਕ ਹੈ ਤੇ ਬਾਕੀ ਹੁਣ ਅੱਜ ਕੱਲ੍ਹ ਜਿਹੜੇ ਪੈਸਾ ਹੁਣ ਚਾਹੀਦਾ ਜੀ ਹਾਂਜੀ ਪੈਸੇ ਨਾਲ ਹੀ ਗਾਇਕ ਵੀ ਤੁਰਦਾ ਦੀ ਚਲ ਮੈਂ ਕਰਾਉਣਾ ਵੀ ਖਰਚਾ ਕਰੂ ਹਾਂਜੀ ਹੈ ਇਸ ਕਰਕੇ ਵੀ ਹੁਣ ਗਰੀਬੀ ਕਰਕੇ ਵੀ ਅਸੀਂ ਅੱਗੇ ਨਹੀਂ ਵੱਧ ਸਕੇ ਜਿੱਥੇ ਤੱਕ ਸਾਡਾ ਜੋਰ ਲੱਗਾ ਸੀ ਲਾਈ ਗਏ ਆਂ ਗਾਹਾਂ ਵੀ ਲਾਉਂਦੇ ਰਹਾਂਗੇ ਹਾਂਜੀ ਠੀਕ ਹੈ ਜੀ ਬਾਕੀ ਸਾਡੇ ਦਰਸ਼ਕ ਤਾਂ ਦੇਖ ਹੀ ਰਹੇ ਆ ਉਹ ਵੀ ਜੋ ਦੇਖ ਰਹੇ ਆ ਉਹ ਵੀ ਮਹਿਸੂਸ ਕਰਦੇ ਹੋਣਗੇ ਵੀ ਇੱਕ ਕਲਾ ਤੇ ਪੈਸੇ ਚ ਕਿੰਨੀ ਟਕਰਾਰ ਹੈ ਨਾ ਕਲਾ ਕਰਕੇ ਬੰਦਾ ਅੱਗੇ ਜਾ ਸਕਦਾ ਪਰ ਪੈਸੇ ਦੀ ਮਾਰ ਕਰਕੇ ਨਹੀਂ ਬੰਦਾ ਅੱਗੇ ਬਤ ਨਹੀਂ ਚੁੱਕ ਤੁਸੀਂ ਕੁਝ ਦੋ ਲਾਈਨਾਂ ਸਾਡੇ ਦਰਸ਼ਕਾਂ ਵਾਸਤੇ ਪੇਸ਼ ਕਰ ਸਕਦੇ ਹੋ ਹਾਂਜੀ ਮੈਂ ਦਿਲ ਦੇ ਗਾਹਕ ਸੌਂਗਦੇ ਹਾਂ ਕੁਝ ਤੁਹਾਨੂੰ ਸੁਤਰਾ ਸੁਣਾਉਣਾ ਜੀ ਹੰਤਾ ਆਇਸ਼ ਕਾ ਨੂੰ ਉਹ ਰੱਬ ਦੇ ਸਮਾਨ ਜਿਹੜਾ ਕਰੇ ਇਹਨਾਂ ਦੀ ਜੀ ਹਮਦਰਦੀ ਭੰਦਰ ਖਮਾਣੋ ਕਲਾਂ ਵਾਲੇ ਦੀ ਕਲਮ ਰਹੀਂ ਸੱਚਮਾ ਬਿਆਨ ਸਾਰੇ ਕਰਦੀ ਅਤੀ ਧੰਨਵਾਦੀ ਅਸੀਂ ਹੋਵਾਂਗੇ ਜੀ ਆਪਦੇ ਲੈਣ ਦੇ ਉਹ ਮਰਜ਼ੀ ਪਗਾ ਮੇਰੇ ਦਿਲ ਦੇ ਕਹਾਕਰਣ ਮੈਂ ਲਈ ਲਵ ਮੈਰਿ ਜਕਰਾ ਬਹੁਤ ਖੂਬਸੂਰਤ ਤੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਬਹੁਤ ਨਾਮਵਰ ਕਲਾਕਾਰਾਂ ਨੇ ਤੁਹਾਡੇ ਗਾਣੇ ਨੂੰ ਆਵਾਜ਼ ਦਿੱਤੀ ਆਪਣੀ ਤੇ ਕਿਹੜੇ-ਕਿਹੜੇ ਕਲਾਕਾਰ ਨੇ ਹਾਂਜੀ ਆਪਣੇ ਮੇਰੇ ਪਹਿਲੀ ਕਸ਼ ਨੂੰ ਦਿਲ ਦੇਗਾ ਹੱਕ ਨਹੀਂ ਹੈ ਪ੍ਰਵੇਜ ਖਾਨ ਜੀ ਜੋ ਦੁਰਗਾ ਰੰਗੀਲਾ ਜੀ ਦੇ ਛੋਟੇ ਭਰਾ ਨੇ ਹਰ ਭਜਨ ਵਾਠ ਪਟਿਆਲੇ ਤੋਂ ਨੇ ਤੇ ਜੇ ਐਸ ਬੁਗਾ ਮੇਰੇ ਛੋਟੇ ਭਰਾ ਨੇ ਵਾਕ ਹੀ ਰਹੀ ਜੀ ਗੱਲ 하이리 ਮਰਜਾ ਲੇਡੀ ਸਿੰਗਰ ਪ੍ਰੀਤ ਸੰਤੂ ਇਹਨਾਂ ਨੇ ਮੇਰੇ ਬਾਕੀ ਹੋਰ ਵੀ ਹੁਣ ਮੇਰੇ ਖਿਆਲ ਨਹੀਂ ਜੀ ਮਤਲਬ ਆਮ ਸਟੇਜ ਜਾਂਦੇ ਜਿਹੜੇ ਗਾਉਂਦੇ ਰਹੇ ਨੇ ਪਰ ਇਹਨਾਂ ਨੇ ਮੇਰੇ ਰਿਕਾਰਡ ਗੀਤ ਜੀ ਰਿਕਾਰਡ ਕਰਾਏ ਨੇ ਜੀ ਤੇ ਆਕੀ ਅੱਗੇ ਕਰਾ ਰਹੇ ਹਾਂ ਜੀ ਹੁਣ ਤੁਹਾਡਾ ਕੋਈ ਲੇਟੈਸਟ ਗਾਣਾ ਆਇਆ ਜੋ ਇੰਡਸਟਰੀ ਵਿੱਚ ਹੁਣ ਆਇਆ ਹੋਵੇ ਹਾਂਜੀ ਆ ਜੀਜਾ ਸਾਲੀ ਹੈਰੀ ਮਿਰਜੇ ਦਾ ਮਤਲਬ ਆਵਾਜ਼ ਚ ਪ੍ਰੀਤ ਸੰਤੂ ਨੇ ਜੀ ਅੱਜ ਕੱਲ YouTube ਤੇ ਚੱਲਦਾ ਹੈ ਜੀ ਆ ਜੀਜਾ ਸਾਲੀ ਜਦੋਂ ਸਟਾਰਟ ਹੋਇਆ ਹਨਾ ਤੁਹਾਡਾ ਨਾਮ ਬਣਨਾ ਪਰ ਕਿਸੇ ਨੇ سپورਟ ਨਹੀਂ ਕੀਤੀ ਤੁਹਾਡੇ ਕੋਲ ਕੋਈ ਆਇਆ ਨਹੀਂ ਸਿੰਗਰ ਜੋ ਤੁਹਾਡੀ ਮਦਦ ਕਰ ਸਕੇ ਜਾਂ ਤੁਹਾਨੂੰ ਉੱਪਰ ਚੱਕ ਸਕੇ ਮਤਲਬ ਇਹ ਹੈ ਜੀ ਵੀ ਹਰੇਕ ਸਿੰਗਰ ਇੱਕੋ ਜਿਹਾ ਚੱਲ ਰਹੀ ਹੁੰਦਾ ਮਤਲਬ ਇਹ ਆ ਵੀ ਪੈਸਾ ਮੈਂ ਚੀਜਾ ਆਪਣੇ ਕੋਈ ਵੀ ਚੀਜ਼ ਕਰਾਉਣੀ ਆ ਤਾਂ ਪੈਸਾ ਜ਼ਰੂਰੀ ਆ ਆਪਣਾ ਨਹੀਂ ਤਾਂ ਅਗਲੇ ਦਾ ਲੱਗਦਾ ਹੀ ਆ ਹੁਣ ਜਿਹੜੇ ਸਿੰਗਰ ਆਉਂਦੇ ਨੇ ਹਰੇਕ ਇਹ ਹੀ ਕਹਿੰਦਾ ਵੀ ਮਤਲਬ ਭਾਈ ਖਰਚਾ ਕਰ ਲੋ ਗਾਣੇ ਵਧੀਆ ਨੇ ਹੁਣ ਅਗਲਾ ਪੈਸਾ ਖਰਚਣ ਦਾ ਮਾਰਾ ਮਤਲਬ ਟਾਲਾ ਵੱਡ ਜਾਂਦਾ ਹੈ ਇਹ ਪੈਸਾ ਖਰਚ ਕੀਤਾ ਚਾਹੇ ਅੱਜ ਜਹ ਜਹ ਮਰਜ਼ੀ ਸੌਂਗ ਜਹ ਜਹ ਮਰਜ਼ੀ ਸਿੰਗਰ ਤੋਂ ਬੜੇ ਤੋਂ ਬੜੇ ਸਿੰਗਰ ਤੋਂ ਕਰਾ ਲਓ ਉਹਨੇ ਆਪਣੇ ਨਾਲ ਤੁਰਨਗੇ ਤਿਆਰ ਨੇ ਕੋਈ ਮਤਲਬ ਤੁਹਾਡਾ ਕਰੀਬੀ ਦੋਸਤ ਹੋਵੇ ਜੋ ਗਾਇਕ ਹੋਵੇ ਤੁਹਾਡੇ ਗਾਣਿਆਂ ਨੂੰ ਉਹਨਾਂ ਨੇ ਆਵਾਜ਼ ਦਿੱਤੀ ਹੋਵੇ ਕੋਈ ਹੈ ਜਿਹ ਜੋ ਤੁਹਾਡਾ ਹਮਦਰਦੀ ਜਿਤਾਉਂਦਾ ਹੋਵੇ ਤੁਹਾਡੇ ਨਾਲ ਮਤਲਬ ਇਹ ਹੈ ਵੀ ਹਮਦਰਦੀ ਹੁਣ ਸਾਡਾ ਭਰਾ ਸੀਗਾ ਜੇ ਸਬੁੱਗਾ ਜੀ ਉਹਨਾਂ ਨੇ ਚੰਨਤਾਰੇ ਕਸ਼ਟ ਕੀਤੀ ਜੀ ਅਸੀਂ ਕੁਝ ਉਹਨੇ ਖਰਚਾ ਕੀਤਾ ਕੁਝ ਮਾਇਆ ਕੀਤਾ ਜੀ ਉਹ ਹਮਦਰਦੀ ਤਾਂ ਦਿਲੋਂ ਕਰਦਾ ਸੀਗਾ ਮਤਲਬ ਵੀ ਮੈਂ ਆ ਵੀ ਕਰ ਦਮਾਂ ਆ ਵੀ ਕਰ ਦਮਾਂ ਜਿਹੜੇ ਗਾਹਾਂ ਸਾਰੇ ਕਰ ਦਮਾਂ ਜੀ ਪਰ ਹੁਣ ਗਾਹਾਂ ਕਸ਼ਟ ਕੰਪਨੀਆਂ ਵੀ ਸਾਡਾ ਹੁਣ ਚੰਨਤਾਰੇ ਕਸ਼ਟ ਆਰਡੀਐਕਸ ਚੋਂ ਆਈ ਸੀਗੀ ਜੀ ਇਹ ਜਿੱਤਾ ਜੀ ਨੇ ਕਰੀ ਸੀਗੀ ਰੀਜ ਤੇ ਉਹਦੇ Song ਇੱਕ ਅਸੀਂ ਰਾਜਸਥਾਨ ਚ ਫਲਵਾ ਕੇ ਲਾਇਆ ਸੀ ਉਠਾਂ ਵਾਲੇ ਲੈ ਕੇ ਲੁੱਟ ਕੇ ਪਿਆਰ ਮੇਰਾ ਤੇ ਉੱਥੇ ਫਲਵਾ ਸੀਗਾ ਚੱਲਦਾ ਰਿਹਾ ਬੱਲੇ ਬੱਲੇ ਚੈਨਲ ਤੇ ਤੇ ਕਮਾਉਣਾ ਵਿੱਚ ਵੀ ਫਲਵਾ ਸੀਗਾ ਹੁਣੇ ਚੱਲੇ ਨੇ Song ਉਹ ਹੁਣ ਬਾਕੀ ਅਗਲਾ ਤਾਂ ਕਰਦਾ ਹੀ ਆ ਮਤਲਬ ਮਤਲਬ ਅਸੀਂ ਆਪਣੇ ਤਾਂ ਉਹ ਅੱਗੇ ਬਤਾਈਏ ਨਹੀਂ ਚਲੋ ਘਰ ਦੇ ਵਿੱਚ ਆ ਗਾਇਕ ਵੀ ਘਰ 'ਚ ਆ ਵੀ ਲਿਖਣ ਵਾਲਾ ਵੀ ਘਰ 'ਚ ਆ ਪਰ ਹੁਣ ਜਿਹੜੀ ਮਜਬੂਰੀ ਆ ਪੈਸੇ ਦੀ ਮਾਰਦੀ ਐ ਨਾ ਹਾਂਜੀ ਇਹੀ ਨਾ ਸਨ ਮਜਬੂਰੀ ਮਾਰ ਗਈ ਸਹੀ ਹੁਣ ਮੈਂ ਇਹੋ ਜਿਹੀ ਸੌਂਗ ਲਿਖਦਾ ਪਹਿਲਾਂ ਜੋ ਲਿਖ ਲਿਆ ਲਿਖ ਲਿਆ ਹੁਣ ਅੱਗੇ ਨੂੰ ਮੜੀ ਜਿੱਕਾ ਹਲਮਾ ਆ ਵਧੀਆ ਪਸੰਦ ਤੋਰੀ ਹੋਈ ਆ ਜੀ ਹਾਂਜੀ ਵਧੀਆ ਤੋਂ ਵਧੀਆ ਸੌਂਗ ਮੇਰੇ ਕੋਲ ਲਿਖੇ ਪਏ ਨੇ ਜੀ ਤੇ ਆ ਵੀ ਰਹੇ ਨੇ ਅਮਨ ਅਜੂਆ ਜੀ ਇਹ ਬੀ ਸਿੰਗਰ ਲੇਡੀ ਸਿੰਗਰ ਨੇ ਉਹ ਵੀ ਆਪਣੇ ਦੋ ਤਿੰਨ ਸੌਂਗ ਉਹਨਾਂ ਨੇ ਕਰਾਏ ਹੋਏ ਨੇ ਉਹਨਾਂ ਦੇ ਵੀ ਆ ਰਹੇ ਨੇ ਥੋੜੇ ਦਿਨਾਂ 'ਚ ਇਹ ਬਾਕੀ ਕੇਸਰ ਮਾਨਕੀ ਜੀ ਨੇ ਪੰਜਾਬੀ ਸਿੰਗਰ ਇਹਨਾਂ ਦੇ ਵੀ ਮਤਲਬ ਆਵਾਜ਼ ਬਹੁਤ ਵਧੀਆ ਬਾਬਾ ਬਾਲਮੀਕ ਸੁਆਮੀ ਜੀ ਦੇ ਸ਼ਬਦ ਆ ਰਹੇ ਨੇ ਆਉਣ ਵਾਲੇ ਦਿਨਾਂ 'ਚ ਤੇ ਇਕਾ ਜੀ ਮਤਲਬ ਮਾਨਸਾ ਜ਼ਿਲ੍ਹੇ ਦਾ ਨਵਾਂ ਗਾਇਕ ਆ ਉਹਨਾਂ ਨੇ ਮਤਲਬ ਪਹਿਲਾਂ ਉਸੇ ਵਾਲੇ ਤੇ ਮਤਲਬ ਸੌਂ ਗਾਇਆ ਜੀ ਉਹ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਪੰਜਾਬੀ ਸਿੰਗਰ ਦਾ ਨਾਮ ਹੈ ਜੀ ਬਿੱਟੂ ਸੱਦਾ ਸਿੰਘ ਵਾਲਾ ਜੀ ਬਿੱਟੂ ਸੱਦਾ ਸਿੰਘ ਵਾਲਾ ਬਹੁਤ ਵਧੀਆ ਮਤਲਬ ਮੈਨੂੰ ਉਹਦੀ ਆਵਾਜ਼ 'ਚ ਦਮ ਲੱਗਿਆ ਤੇ ਉਹ ਮੇਰਾ ਬਹੁਤ ਮੈਨੂੰ ਵਧੀਆ ਲੱਗਦਾ ਗੀਤ ਉਹ ਮੇਰਾ ਆ ਰਿਹਾ ਹੋਣ ਵਾਲੇ ਦਿਨਾਂ 'ਚ ਜੀ ਮਲੇ ਚੰਗੇ ਤਾਂ ਗਣ ਨਾਲ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਹਾਂਜੀ ਹਾਂਜੀ ਹੋਰ ਤਾਂ ਜੀ ਛੋੜਦੇ ਰਹੋ ਹਾਂਜੀ ਤੇ ਤਰੱਕੀਆਂ ਕਰਦੇ ਰਹੋ ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ ਤੇ ਆਉਣ ਵਾਲੀ ਜਿਹੜਾ ਯੂਥ ਆ ਹੁਣ ਅੱਜ ਕੱਲ ਜੋ ਦੌਰ ਚੱਲ ਰਿਹਾ ਗੀਤਾਂ ਦਾ ਜੋ ਪੁਰਾਣੇ ਸਮਿਆਂ ਚ ਗੀਤਾਂ ਦਾ ਦੌਰ ਚੱਲਦਾ ਸੀਗਾ ਤੁਸੀਂ ਉਸ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ ਕੀ ਫਰਕ ਤੁਹਾਨੂੰ ਦਿਸਦਾ ਇਹ ਬਸ ਸਮੇਂ ਦੀ ਗੱਲ ਆ ਜੀ ਹਾਂ ਜਦੋਂ ਕਲਦੀਪ ਮਾਨਕ ਦੀਆਂ ਕadien chaldiyan si duniya udeek di hundi thi ਵੀ ਕੋਈ ਨਵੀਂ ਕਸ਼ਟ ਕਲਦੀਪ ਮਾਨਕ ਦੀ ਆਈਆ ਉਦੋਂ ਬਾਅਦ ਸੁਰਿੰਦਰ ਸ਼ਿੰਦਾਜੀ ਵੀ ਬਹੁਤ ਕਾਫੀ ਮਸ਼ਹੂਰ ਹੋਏ ਨੇ ਤੇ ਕਸ਼ਟਾਂ ਦਾ ਯੁੱਗ ਸੀਗਾ ਉਸ ਟਾਈਮ ਹਾਂਜੀ ਤੇ ਦੁਨੀਆ ਉਡੀਕਦੀ ਹੁੰਦੀ ਸੀ ਚੰਗੇ ਕਲਾਕਾਰਾਂ ਦੀਆਂ ਕਸ਼ਟਾਂ ਨੂੰ ਅ ਮਤਲਬ ਕਿਸਾਂ ਜਿਵੇਂ ਹੀਰਾਜਾ ਮਿਰਜਾ ਸਾਹਿਬਾਂ ਇਹੋ ਜਿਹੇ ਸੌਂਗ ਜ਼ਿਆਦਾ ਮਤਲਬ ਪਹਿਲੀਆਂ ਚ ਆਉਂਦੇ ਹੁੰਦੇ ਤੇ ਹੁਣ ਮਤਲਬ ਜਿਹੇ ਜਨਰੇਸ਼ਨ ਪੜ੍ਹਦੀ ਆ ਉਹ ਜਿਹੜਾ ਕਲਾਕਾਰ ਪੇਸ਼ ਕਰਦਾ ਤੇ ਮਤਲਬ ਪਹਿਲਾਂ ਸਾਹਿਤਿਕ ਜੋ ਹੁੰਦਾ ਸੀ ਆਪਣਾ ਮਿਥਿਆਸ ਕੁਤੇ ਰਿਲੇਟਡ ਬਾਕੀ ਠੀਕ ਆ ਜੀ ਜਿਵੇਂ ਹੁਣ ਦੁਨੀਆ ਪਸੰਦ ਕਰਦੀ ਆ ਉਹ ਜਿਹੜਾ ਵਿਲੀ ਜੰਦਾ ਸਮਰ ਸਭ ਨੂੰ ਤੁਸੀਂ ਕੁਝ ਆਪਣੇ ਯੂਥ ਨੂੰ ਜੋ ਜਿਨ੍ਹਾਂ ਨੇ ਕਲਮ ਹਜੇ ਫੜੀ ਹੈ ਹੱਥ 'ਚ ਜੋ ਲਿਖਣਾ ਹਜੇ ਸ਼ੁਰੂ ਹੀ ਕਰ ਰਹੇ ਆ ਉਹਨਾਂ ਨੂੰ ਕੀ ਸੰਦੇਸ਼ ਦੇਵੋ ਪਹਿਲੀ ਗੱਲ ਤਾਂ ਇਹ ਆ ਜੀ ਮਤਲਬ ਵੀ ਹਥਿਆਰਾਂ ਲੜਾਈਆਂ ਝਗੜਿਆਂ ਤੋਂ ਹੱਤਮੀ ਚਾਹੀਦੀ ਆ ਜੀ ਤੇ ਜਿਹੜੀ ਆਪਣੀ ਇਹ ਨਾ ਹੋਵੇ ਆਪਣੀ ਜਨਰੇਸ਼ਨ ਉਹ ਸੁਣ ਕੇ ਵਿਗੜੇ ਚੰਗੀ ਸਿਹਤ ਮਿਲੇ ਬਾਕੀ ਜਿਵੇਂ ਹੁਣ ਕੋਈ ਤਰਨਾਂ ਲਾ ਕੇ ਬੈਹਿੰਦਾ ਕੋਈ ਰਾਹ ਰੋਕ ਕੇ ਬੈਹਿੰਦਾ ਇਹ ਬਹੁਤ ਮਾੜੀ ਗੱਲ ਆਈ ਵਧੀਆ ਕਰਨੀ ਨਸ਼ੇ ਨਹੀਂ ਕਰਨੇ ਚਾਹੀਦੇ ਤੇ ਸੱਚ ਬੋਲਣਾ ਚਾਹੀਦਾ ਹਮੇਸ਼ਾ ਝੂਠ ਨਹੀਂ ਬੋਲਣਾ ਚਾਹੀਦਾ ਚੰਗੇ ਬੰਦੇ ਨੂੰ ਚੰਗਾ ਕਹਿਣਾ ਚਾਹੀਦਾ ਬਿਲਕੁਲ ਮਾੜੇ ਨੂੰ ਮਾੜਾ ਕਹਿਣ ਦੀ ਜ਼ੋਰ ਤਰ ਰੱਖਣੀ ਚਾਹੀਦੀ ਆ ਬੰਦੇ ਨੂੰ ਠੀਕ ਹੈ ਜੀ ਆਪ ਵੀ ਆਪਾਂ ਕਹਾਂ ਵੀ ਕੋਈ ਨਸ਼ਾ ਨਾ ਕਰੋ ਚੰਗਾ ਸੁਣੋ ਚੰਗਾ ਚੰਗਾ ਗਾਓ ਚੰਗਾ ਗਾਓ ਹਾਂ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦਾ ਆਪਣੇ ਦਰਸ਼ਕਾਂ ਨੂੰ ਵੀ ਬਹੁਤ ਸੋਹਣਾ ਲੱਗਿਆ ਹੋਊਗਾ ਤੁਹਾਡੇ ਨਾਲ ਮੁਲਾਕਾਤ ਦੇ ਕੇ ਤੇ ਮੈਂ ਤਾਂ ਇਹੀ ਦੁਆ ਕਰਦਾ ਵੀ ਤੁਸੀਂ ਬਹੁਤ ਖੂਬ ਤਰੱਕੀ ਕਰੋ ਅੱਗੇ ਜਾਓ ਬਹੁਤ ਬਹੁਤ ਧੰਨਵਾਦ